ਵੈਸੇ ਤਾਂ ਜੀ ਮੈਂ ਬੜੀਆਂ ਲਵਾਰਸ ਰੈੱਡ ਬੋਡੀਆਂ ਦੇ ਸੰਸਕਾਰ ਕਰਵਾਏ ਨੇ। ਇਹ ਇੱਕ ਲੇਡੀਜ਼ ਹੈ ਔਰ ਇਹਦੇ ਦੋਨੋਂ ਬੱਚੇ ਨੇ। ਅੱਜ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਕਿ ਇੱਕ ਲਵਾਰਸ ਬੱਚੇ ਆਪਣੀ ਮਾਂ ਦਾ ਸੰਸਕਾਰ ਕਰਵਾਇਆ। ਜਦੋਂ ਮਾਂ ਹੀ ਦੁਨੀਆਂ ਤੋਂ ਚਲੀ ਗਈ ਹੈ ਅਤੇ ਬੱਚੇ ਵੀ ਲਵਾਰਸ ਹੀ ਹੋ ਗਏ ਨੇ ਔਰ ਇਹਦੇ ਪਿਤਾ ਜੀ ਹੈ ਨਹੀਂ ਹੈ ਔਰ ਇਹਨਾਂ ਦਾ ਐਕਸੀਡੈਂਟ ਹੋਇਆ। ਕਿੱਥੇ ਕਹਿੰਦੇ ਇਹ ਬੇਟੇ ਕਾਂ ਪਿਓ ਦਾ ਐਕਸੀਡੈਂਟ ਚੰਡੀਗੜ੍ਹ ਮੇਂ ਜੀਰਕਪੁਰ ਮੇਂ ਜੀਰਕਪੁਰ ਮੇਂ ਐਕਸੀਡੈਂਟ ਹੁਆ ਜੀ ਇਨਕਾ ਔਰ ਯੇ ਭਾਈ ਸਾਹਿਬ ਹੈ ਜੀ ਰਹਿਣੇ ਵਾਲੇ ਹੈ ਜੀ ਐਮ ਪੀ ਕੇ ਔਰ ਯੇ ਭਾਈ ਸਾਹਿਬ ਇੱਕ ਸਮਾਜ ਸੇਵਕ ਹੈ। ਇਨਕੋ ਇਨਕੇ ਬਾਰੇ ਪਤਾ ਚਲਾ ਥਾ ਕੋਈ ਸਪੈਸ਼ਲ ਆਏ ਯਹਾਂ ਪੇ ਤੋ ਇਹਨਾਂ ਮੇਰੇ ਕੋ ਬੋਲਾ ਕਿ ਇਸਕਾ ਸੰਸਕਾਰ ਕਰਵਾਉਣਾ ਹੈ ਤੋ ਦੇਖ ਲਓ ਜੀ। ਕਹਿੰਦੇ ਜਦੋਂ ਕਿਸੇ ਦੇ ਉੱਤੇ ਵਕਤ ਮਾੜਾ ਆਉਂਦਾ ਹੈ ਨਾ ਤਾਂ ਸਭ ਰਿਸ਼ਤੇਦਾਰ ਸਕੇ ਸੰਬੰਧੀ ਕੋਰੀਏ ਬਰਾਬਰ ਬਣ ਜਾਂਦੇ ਹੁੰਦੇ। ਚੜ੍ਹਦੇ ਸੂਰਜ ਢਲਦੇ ਵੇਖੇ ਬੁੱਝਦੇ ਦੀਵੇ ਬਲਦੇ ਵੇਖੇ ਜਿਹਨਾਂ ਦਾ ਨਾ ਜੱਗ ਵਿੱਚ ਕੋਈ ਉਹ ਵੀ ਪੁੱਤਰ ਪੜਦੇ ਵੇਖੇ। ਲੋਕੀ ਕਹਿੰਦੇ ਦਾਲ ਨਹੀਂ ਗੜਦੀ ਮੈਂ ਤੇ ਪੱਥਰ ਗੜਦੇ ਵੇਖੇ ਜਿਹਨਾਂ ਕਦਰ ਨਾ ਕੀਤੀ ਰੱਬ ਦੀ ਬੁਲਿਆ ਹੱਥ ਤੋਂ ਮੰਦੇ। ਦਿਖਾਓ ਜੀ ਅਦਰ ਪਰ ਬੇਟਾ ਆ ਕਰਵਾ ਇਹਨਾਂ ਦੇ ਹੱਥੋਂ ਕੀ ਕੁਛ ਹੋ ਜਾਂਦਾ। आप स्कूल में जाते हो क्या? पढ़ते नहीं आप? तो क्या करते हो फिर आप? घर में रहते हो? ये आपका छोटा भाई है? हैं? तुसी तो फिर आप कहाँ जाओगे? गांव जाओगे आप? मैं जी राती की रातें तो क्या सीखा तो उसे सही रात उसी उसे जाग दूं तो बीच ਮੈਂ ਇੱਥੇ ਸਵੇਰੇ 7 ਵਜੇ ਆ ਭਾਈ ਸਾਹਿਬ ਦਾ ਮੈਨੂੰ ਫੋਨ ਆਇਆ ਅਤੇ ਮੈਨੂੰ ਕਹਿੰਦੇ ਜੀ ਇਸ ਤਰ੍ਹਾਂ ਇੱਕ ਲੇਡੀਜ਼ ਹੈ ਕਿ ਉਹਨਾਂ ਦਾ ਸੰਸਕਾਰ ਕਰਵਾਉਣਾ ਦੋ ਛੋਟੇ ਛੋਟੇ ਬੱਚੇ ਨੇ ਅਤੇ ਉਸ ਤੋਂ ਬਾਅਦ 32 ਸੈਕਟਰ ਪੋਸਟਮਾਰਟਮ ਵਗੈਰਾ ਹੋਇਆ ਇਹਨਾਂ ਦਾ। ਹੁਣ ਸ਼ਾਮੀ 3-4 ਵਜੇ ਜਾ ਕੇ ਡੈਡ ਬੋਡੀ ਮਿਲੀ ਹੈ ਅਤੇ ਹੁਣ ਸੰਸਕਾਰ ਕਰਾ ਰਹੇ ਹਾਂ। ਮੈਂ ਆਪਣੇ ਦੋਸਤ ਨਾਲ ਜਾ ਰਿਹਾ ਸੀ ਤੇਰੇ ਪ੍ਰੋਗਰਾਮ 'ਚ ਹੁਣ ਥੋੜ੍ਹੇ ਚਿਰ ਪਹਿਲਾਂ ਉਹਦਾ ਮੈਂ ਜ਼ਿਕਰ ਕੀਤਾ ਅਤੇ ਉਹਨਾਂ ਨੇ ਮੈਨੂੰ ਆਹ 10,000 ਰੁਪਏ ਦਿੱਤਾ। ਉਹ ਕਹਿੰਦਾ 10,000 ਰੁਪਏ ਇਹਨਾਂ ਨੂੰ ਦੇ ਦੀ ਮੇਰੇ ਵੱਲੋਂ ਦੀ ਤੇ 5,000 ਰੁਪਇਆ ਜੀ ਮੈਂ ਉਹਨਾਂ ਨੂੰ ਦੇ ਦਿਆ। ਲੈ ਬੇਟਾ ਜੀ ਰੱਖੋ ਆਪਣੇ ਪਾਸ। ਕਹਿੰਦੇ ਪੈਸਾ ਖੁਦਾ ਨਹੀਂ ਪਰ ਖੁਦਾ ਤੇ ਵੀ ਕੰਮ। ਮੈਂ ਤਾਂ ਕੋਈ ਬਹੁਤ ਵੱਡੀ ਰਕਮ ਨਹੀਂ ਹੈ ਸੋ ਇੰਨਾ ਕਹਿ ਕੇ ਆਪਣੇ ਘਰ ਪਹੁੰਚ ਜਾਣਗੇ ਇਹ ਅੱਛੇ ਤਰੀਕੇ ਦੇ ਨਾਲ। ਠੀਕ ਹੈ ਬੇਟਾ ਜੀ ਪੈਸਾ ਰੱਖੋ ਆਪਣੇ ਪਾਸ। ਚਲੋ ਜੀ ਕਰਾਓ ਸੰਸਕਾਰ।